ਲੋਕਾਂ ਦਾ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਰੁਝਾਨ ਹੈ ਔਰ ਲੋਕਾਂ ਦਾ ਕੀ ਕਹਿਣਾ ਹੈ? ਸਭ ਤੋਂ ਪਹਿਲਾਂ ਫਿਰੋਜ਼ਪੁਰ ਦੇ ਦਿੱਲੀ ਗੇਟ ਦੇ ਮੇਨ ਬਾਜ਼ਾਰ ਦੇ ਦੁਕਾਨਦਾਰ ਉਹਨਾਂ ਨੂੰ ਮਿਲਦੇ ਹਾਂ। ਲੋਕ ਸਭਾ ਚੋਣਾਂ ਸਿਰ 'ਤੇ ਨੇ ਔਰ ਕਿਵੇਂ ਦੇਖਦੇ ਹੋ ਤੁਸੀਂ ਇਸ ਨਾਲ? ਮੈਨੂੰ ਇਸ ਤਰ੍ਹਾਂ ਵੇਖਾਂਗਾ ਵੀ ਪਹਿਲੀ ਗੱਲ ਤਾਂ ਹਾਲੇ ਕਿਸੇ ਨੇ ਅਨਾਊਂਸ ਹੀ ਨਹੀਂ ਕੀਤਾ ਵੀ ਕਿਹੜਾ ਕੌਣ ਕਿਹਨੂੰ ਸੀਟ ਮਿਲਣੀ ਹੈ, ਕਿਹਨੇ ਨਹੀਂ ਮਿਲਣੀ। ਫਿਰ ਚਲੋ ਜਿਹਨੂੰ ਸੀਟ ਮਿਲ ਜਾਂਦੀ ਹੈ 5 ਸਾਲ ਕੋਈ ਸ਼ਕਲ ਹੀ ਨਹੀਂ ਵਿਖਾਉਂਦਾ ਆਪਣੀ, MP ਬਣ ਜਾਂਦਾ, ਉੱਥੇ ਆ ਜਾਂਦਾ। ਕੱਲ੍ਹ ਨੂੰ ਇੱਥੇ ਸਾਡੇ ਪਹਿਲਾਂ ਮੈਂ ਨਾਮ ਨਹੀਂ ਲਵਾਂਗਾ, ਪਹਿਲੇ ਜਿਹੜੇ ਲੋਕ ਸਭਾ ਦੇ MP ਸੀ ਉਹਨਾਂ ਨੇ ਬਾਹਰ ਆ ਕੇ ਸਪੀਚ ਦਿੱਤੀ, ਮੈਂ ਇੱਥੇ 5 ਸਾਲ ਆਵਾਂਗਾ, ਵਿਕਾਸ ਕਰਾਂਗਾ, ਪਲੱਸ ਮੈਂ ਆਪਣਾ ਉਹ ਆਫਿਸ ਬਣਾਵਾਂਗਾ। ਸਾਰੇ ਲੋਕਾਂ 'ਚ ਵਿਸ਼ਵਾਸ ਪਾ ਕੇ ਆਪਣੀਆਂ ਵੋਟਾਂ ਲੈ ਲਈਆਂ, ਉਸ ਤੋਂ ਬਾਅਦ 5 ਸਾਲ 'ਚ ਬਣੇ ਨਹੀਂ ਇੱਥੇ ਫਿਰੋਜ਼ਪੁਰ। ਮੈਂ ਇਹ ਕਹਿਣਾ ਚਾਹਾਂਗਾ ਤੁਹਾਨੂੰ ਬਾਕੀ ਤੁਹਾਡਾ ਕੀ ਕਹਿਣਾ ਹੈ ਜੀ? ਤੁਹਾਡਾ ਤੁਸੀਂ ਸੀਨੀਅਰ ਹੋ ਔਰ ਤੁਹਾਡਾ ਕੀ ਮੰਨਣਾ ਹੈ ਕਿ ਲੋਕ ਸਭਾ ਚੋਣਾਵਾਂ ਸਿਰ 'ਤੇ ਨੇ, ਲੋਕਾਂ ਦਾ ਕੀ ਮਾਹੌਲ ਹੈ, ਕੀ ਕਹਿਣਾ ਲੋਕਾਂ ਦਾ? ਜਿਹੜੇ ਸਿਆਣੇ ਵੋਟਰ ਨੇ ਨਾ ਉਹ ਤਾਂ ਬਿਲਕੁਲ ਚੁੱਪ ਨੇ, ਕਿਉਂਕਿ ਕੋਈ ਵੀ ਪਾਰਟੀ ਜਿਹੜਾ ਵੀ ਆਇਆ ਉਹਨੇ ਕੋਈ ਕੰਮ ਨਹੀਂ ਕੀਤਾ। ਜਿਹੜਾ MP ਸਾਡੇ ਫਿਰੋਜ਼ਪੁਰ ਦੇ ਵਿੱਚ ਆਇਆ ਅਜੇ ਤੱਕ ਕਿਸੇ MP ਨੇ ਕੰਮ ਨਹੀਂ ਕੀਤਾ। ਪਹਿਲੀ ਗੱਲ ਤਾਂ MP ਆਉਂਦਾ ਹੀ ਬਾਹਰ ਦਾ, ਜਿਹੜਾ ਲੋਕਲ ਕੋਈ MP ਫਿਰੋਜ਼ਪੁਰ ਦੇ ਵਿੱਚ ਆਇਆ ਹੀ ਨਹੀਂ ਅਜੇ ਤੱਕ ਕੋਈ ਵੀ। ਇੱਕੋ ਇੱਕ MP ਆਇਆ ਸੀ ਇਕਬਾਲ ਸਿੰਘ, ਜਿਹਨੇ ਫਿਰੋਜ਼ਪੁਰ ਦਾ ਕੰਮ ਕੀਤਾ, ਉਸ ਤੋਂ ਬਾਅਦ ਕਿਸੇ MP ਨੇ ਕੰਮ ਨਹੀਂ ਕੀਤਾ, ਕੋਈ ਆਵਾਜ਼ ਨਹੀਂ ਉਠਾਈ ਫਿਰੋਜ਼ਪੁਰ। ਕੀ ਤੁਹਾਨੂੰ ਨਵਾਂ ਜਿਹੜਾ ਕੋਈ ਲੱਗਦਾ ਕੋਈ MP ਤੁਸੀਂ ਚੁਣੋਗੇ ਉਹਦੇ 'ਤੇ ਉਮੀਦਾਂ ਕੀ ਨੇ, ਕੀ ਡਿਮਾਂਡ ਕੀ ਹੈ, ਮੰਗ ਕੀ ਹੈ ਫਿਰੋਜ਼ਪੁਰ ਸਰਹੱਦੀ ਇਲਾਕੇ ਦੀ? ਪਾਰਟੀ 'ਤੇ ਡਿਪੈਂਡ ਕਰਦਾ ਜੀ, ਜੇ ਤਾਂ ਰੂਲਿੰਗ ਪਾਰਟੀ ਦਾ ਆ ਜਾਂਦਾ ਤਾਂ ਫਿਰ ਤਾਂ ਫਾਇਦਾ ਹੋ ਜਾਂਦਾ, ਨਹੀਂ ਤਾਂ ਉਹੀ ਹਾਲ ਜਿਹੜਾ ਅੱਗੇ ਹੁੰਦਾ ਵੀ ਉੱਤੇ BJP ਥੱਲੇ ਅਕਾਲੀ ਹੈ, ਇਸ ਤਰ੍ਹਾਂ ਹੀ ਜੇ ਉੱਤੇ BJP ਕਾਂਗਰਸੀ, ਜੇ ਕਾਂਗਰਸੀ ਹੈ ਤਾਂ ਇਹ ਦੂਜਾ। ਹਰ ਵਾਰੀ ਇੱਥੇ MP ਜਿਹੜਾ ਹੈ ਨਾ ਆਪੋਜਿਟ ਪਾਰਟੀ ਦਾ ਰਿਹਾ। ਹਾਂ ਬਿਲਕੁਲ, ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਵੀ ਹੈ ਕਿ ਉਹ ਜਿਹੜਾ ਹੈ ਆਪਣਾ ਸਾਂਸਦ, ਆਪਾਂ MP ਉਸ ਨੂੰ ਚੁਣਨਗੇ ਜਿਹੜਾ ਉਹਨਾਂ ਦੀ ਸੁੱਧ ਬੁੱਧ ਲਵੇ ਔਰ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਵੇ, ਉਹਨਾਂ ਦਾ ਵਿਕਾਸ ਕਰਾਵੇ। ਔਰ ਇੱਥੋਂ ਦੇ ਬਾਜ਼ਾਰ ਦੇ ਲੋਕਾਂ ਦਾ ਕਿਤੇ ਨਾ ਕਿਤੇ ਇਹ ਵੀ ਮੰਨਣਾ ਹੈ ਕਿ ਜਿਹੜੇ ਮੌਜੂਦਾ ਸਾਂਸਦ ਸੀਗੇ ਉਹਨਾਂ ਵੱਲੋਂ ਫਿਰੋਜ਼ਪੁਰ ਦਾ ਵਿਕਾਸ ਨਹੀਂ ਕਰਵਾਇਆ ਗਿਆ ਔਰ ਲੋਕਾਂ ਦਾ ਅਲੱਗ ਅਲੱਗ ਜਿਹੜਾ ਹੈ ਪ੍ਰਤੀਕਰਮ ਹੈ ਉਹ ਅਸੀਂ ਜ਼ਰੂਰ ਲਾਂਗੇ ਔਰ ਲੋਕਾਂ ਕੋਲ ਜਾਣਾਂਗੇ। ਇੱਥੇ ਇਹਨਾਂ ਨਾਲ ਨੌਜਵਾਨ ਇਹਨਾਂ ਨਾਲ ਗੱਲ ਕਰਦੇ ਹਾਂ, ਲੋਕ ਸਭਾ ਚੋਣਾਵਾਂ ਸਿਰ 'ਤੇ ਆ ਗਈਆਂ ਨੇ, ਕੀ ਦੇਖਦੇ ਹੋ ਫਿਰੋਜ਼ਪੁਰ ਕਿਹੋ ਜਿਹਾ ਵੋਟ ਪੋਲਿੰਗ ਹੋਏਗਾ, ਕਿਹੜੀ ਪਾਰਟੀ ਦਾ ਜਿਹੜਾ ਦਬਦਬਾ ਰਹੇਗਾ ਜਾਂ ਕਿਹਨੂੰ ਲੋਕ ਵੋਟ ਪਾਉਣਗੇ? ਸਰ ਕਰੰਟ ਸਿਚੁਏਸ਼ਨ ਦੇਖ ਕੇ ਹਾਲੇ ਤਾਂ ਕੋਈ ਕੁਛ ਨਹੀਂ ਕਹਿ ਸਕਦੇ ਕਿਉਂਕਿ ਕੋਈ ਕਿਸੇ ਪਾਰਟੀ ਨੇ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ, ਬਾਕੀ ਇਨ ਫਿਊਚਰ ਜਦੋਂ ਕੋਈ ਖੜਾ ਕਰੇਗਾ ਉਸ ਹਿਸਾਬ ਨਾਲ ਚੱਲੇਗਾ। ਸਰ ਫਿਰੋਜ਼ਪੁਰ ਦੀਆਂ ਮੰਗਾਂ ਕੀ ਨੇ, ਕਿਉਂਕਿ ਸਰਹੱਦੀ ਇਲਾਕਾ ਹੈ, ਵਪਾਰ ਨੂੰ ਲੈ ਕੇ ਜਾਂ ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਮੰਗਾਂ ਕਿਹੋ ਜਿਹੀਆਂ? ਇੰਪਲੋਇਮੈਂਟ ਸਰ, ਸਭ ਨੂੰ ਮੇਨ ਇੰਪਲੋਇਮੈਂਟ, ਲਾਅ ਔਰਡਰ, ਐਜੂਕੇਸ਼ਨ, ਕੋਈ ਫੈਸਿਲਿਟੀ ਨਹੀਂ ਇੱਥੇ ਸਾਨੂੰ, ਕੋਈ ਕਾਲਜ ਅੱਛਾ ਕਾਲਜ ਨਹੀਂ, ਨਾ ਕੋਈ ਸਾਨੂੰ ਇੰਪਲੋਇਮੈਂਟ ਵਾਸਤੇ ਕੋਈ ਚੀਜ਼ ਨਹੀਂ ਹੈਗੀ ਇੱਥੇ, ਮੇਨ ਇਹੀ ਮੰਗਾਂ ਹੈ ਜੀ, ਲਾਅ ਐਂਡ ਔਰਡਰ ਸਭ ਨੂੰ ਵੱਡੀ ਸਿਚੁਏਸ਼ਨ ਜੀ। ਬਿਲਕੁਲ, ਲੋਕਾਂ ਦਾ ਇੱਕੋ ਇੱਕ ਮੰਗ ਹੈ ਕਿ ਲਾਅ ਐਂਡ ਆਰਡਰ, ਐਜੂਕੇਸ਼ਨ, ਹੈਲਥ ਸਿਸਟਮ ਜਿਹੜਾ ਹੈ ਉਹ ਠੀਕ ਹੋਣਾ ਚਾਹੀਦਾ ਔਰ ਉਸੇ ਉਮੀਦਵਾਰ ਨੂੰ ਇਹ ਚੁਣਨਗੇ ਜਿਹੜਾ ਇਹੋ ਜਿਹੀਆਂ ਜਿਹੜੀਆਂ ਫੈਸਿਲਿਟੀਜ਼ ਜਿਹੜਾ ਲੋਕਾਂ ਨੂੰ ਦੇ ਸਕਦਾ। ਤੁਸੀਂ ਕੀ ਮੰਨਣਾ ਜੀ, ਲੋਕ ਸਭਾ ਚੋਣਾਂ ਜਿਹੜੇ ਆ ਸਿਰ 'ਤੇ ਹੈ, ਕਿਹੋ ਜਿਹਾ ਕੀ ਰਹੇਗਾ ਮਾਹੌਲ, ਕੀ ਕਿਹੜਾ ਕੈਂਡੀਡੇਟ ਜਿਹੜਾ ਵਿਨਿੰਗ ਰਹੇਗਾ, ਕਿਹਨੂੰ ਵੋਟਾਂ ਵੱਧ ਪੈਣਗੀਆਂ ਜਾਂ ਫਿਰੋਜ਼ਪੁਰ ਦੇ ਲੋਕਾਂ ਦੀਆਂ ਮੰਗਾਂ ਕੀ ਨੇ? ਖਾਸ ਤੌਰ ਫਿਰੋਜ਼ਪੁਰ 'ਚ ਭਾਅ ਜੀ ਜਿਹੜਾ ਵੀ ਲੀਡਰ ਆਇਆ ਉਹਨੇ ਫਿਰੋਜ਼ਪੁਰ ਦੇ ਲੋਕਾਂ ਨੂੰ ਠੱਗਿਆ ਹੀ ਹੈ। ਆਪਾਂ ਜਿੰਨੇ ਵੀ ਪਹਿਲਾਂ ਪੁਰਾਣੇ ਲੀਡਰ ਚੁਣ ਕੇ ਭੇਜੇ ਆ, ਸਾਨੂੰ ਸਾਰਿਆਂ ਨੇ ਠੱਗਿਆ। ਬੜੀਆਂ ਵੱਡੀਆਂ ਵੱਡੀਆਂ ਗੱਲਾਂ ਆਖੀਆਂ ਗਈਆਂ, ਪਹਿਲਾਂ ਬਾਦਲ ਸਾਹਿਬ ਵੀ ਆਏ, ਉਹਨਾਂ ਨੇ ਕਿਹਾ ਸੀ ਸੋਨੇ ਦੀਆਂ ਇੱਟਾਂ ਲਵਾ ਦਿਆਂਗੇ, ਅਤੇ ਅੱਜ ਹਾਲਾਤ ਆਪਾਂ ਵੇਖਦੇ ਵੱਧ ਤੋਂ ਬੱਤਰ ਹਾਲਾਤ ਨੇ ਜੀ। ਚੋਰੀਆਂ, ਲੁੱਟਾਂ, ਖੋਹਾਂ, ਆਪਾਂ ਨੂੰ ਪਤਾ ਸ਼ਰੇਆਮ ਬਹੁਤ ਜ਼ਿਆਦਾ ਵੱਧ ਗਈਆਂ ਨੇ, ਅਤੇ ਲੀਡਰ ਜਿਹੜਾ ਮਰਜ਼ੀ ਲੈ ਆਈਏ
ਤੇ ਸਾਡੇ ਹਿਸਾਬ ਦੇ ਨਾਲ ਕੋਈ ਵੀ ਬਦਲਾਅ ਨਹੀਂ ਆ ਸਕਦਾ। ਕੀ ਤੁਹਾਡਾ ਮੰਨਣਾ ਕਿ ਇਸ ਵਾਰ ਪਾਰਟੀ ਨੂੰ ਜਿਹੜਾ ਵੋਟਾਂ ਪੈਣਗੀਆਂ, ਜਿਵੇਂ ਹੁਣ ਅਲੱਗ ਅਲੱਗ ਪਾਰਟੀਆਂ ਜਿਹੜੀਆਂ ਕਾਂਗਰਸ ਆਪਣੀ, ਬੀਜੇਪੀ, ਅਕਾਲੀ ਦਲ, ਸਭ ਅਲੱਗ ਅਲੱਗ ਤੌਰ 'ਤੇ ਜਿਹੜਾ ਚੁਣਾਵ ਲੜ ਰਹੇ ਆ, ਕੈਂਡੀਡੇਟ ਲੜ ਰਹੇ ਆ, ਕੀ ਇਸ ਵਾਰ ਕੈਂਡੀਡੇਟ ਨੂੰ ਵੋਟਾਂ ਪੈਣਗੀਆਂ ਜਾਂ ਪਾਰਟੀ ਦੇ ਹੀ ਵੋਟਾਂ ਪੈਣਗੀਆਂ? ਨਹੀਂ, ਬੰਦੇ ਦੇ ਮੂੰਹ ਨੂੰ ਵੋਟ ਪਏਗੀ ਜੀ, ਬੰਦੇ ਕੈਂਡੀਡੇਟ ਨੂੰ ਵੇਖ ਕੇ ਵੋਟ ਪਏਗੀ। ਪਾਰਟੀਆਂ ਤਾਂ ਆਪਾਂ ਸਾਰੀਆਂ ਵੇਖ ਲਈਆਂ, ਬਦਲਾਅ ਹੀ ਵੇਖ ਲਈ ਆਪਾਂ ਜੀ, ਜੋ ਬਦਲਾਅ ਹੀ ਨੇ ਹਾਲਾਤ ਕੀਤੇ ਨੇ। ਆਪਾਂ ਵੇਖੇ 70 ਸਾਲਾਂ 'ਚ ਹਾਲਾਤ ਪਹਿਲਾਂ ਬਣੇ ਹੀ ਨਹੀਂ ਕਿਸੇ ਦੇ, ਅਸੀਂ ਵੀ ਇਹਨਾਂ ਦੇ ਪਿੱਛੇ ਲੱਗ ਕੇ ਬਦਲਾਅ ਨੂੰ ਵੋਟਾਂ ਪਾਈਆਂ ਸੀ, ਅਤੇ ਜੋ ਆਪਾਂ ਸਾਰੇ ਬਦਲਾਅ ਵੇਖਦੇ ਹੀ ਪਏ ਹਾਂ ਕਿ ਬਹੁਤ ਜ਼ਿਆਦਾ ਮੰਦੇ ਆ। ਹਾਂ ਬਿਲਕੁਲ, ਲੋਕਾਂ ਦਾ ਮੰਨਣਾ ਕਿ ਇਸ ਵਾਰ ਜਿਹੜਾ ਲੋਕ ਪਾਰਟੀ ਲੈਵਲ ਤੋਂ ਉਤਾਂ ਉੱਠ ਕੇ ਲੋਕ ਜਿਹੜੇ ਹੈ ਆਪਣੇ ਕੈਂਡੀਡੇਟ ਨੂੰ ਦੇਖਣਗੇ, ਔਰ ਜਿਹੜਾ ਕੈਂਡੀਡੇਟ ਉਹਨਾਂ ਨੂੰ ਚੰਗਾ ਲੱਗੇਗਾ ਉਸ ਨੂੰ ਜਿਹੜਾ ਵੋਟ ਪਾਉਣ ਦੀ ਗੱਲ ਕਹੀ ਜਾ ਰਹੀ ਹੈ। ਔਰ ਫਿਰੋਜ਼ਪੁਰ ਦੇ ਲੋਕਾਂ ਦਾ ਜਿਹੜਾ ਪ੍ਰਤੀਕਰਮ ਹੈ ਉਹ ਕਿਤੇ ਨਾ ਕਿਤੇ ਰਲਿਆ ਮਿਲਿਆ ਹੈ ਲੋਕਾਂ ਕੋਲ। ਜਾਣਦੇ ਹਾਂ ਕਿ ਇਹਦੀ ਲੋਕ ਸਭਾ ਚੁਣਾਵ ਜਿਹੜੇ ਹੈ ਉਹ ਸਿਰ 'ਤੇ ਆ ਗਏ ਹੈ, ਹੁਣ ਕਿਵੇਂ ਦੇਖਦੇ ਹੋ, ਕਿਹੋ ਜਿਹਾ ਪ੍ਰਤੀਕਰਮ ਹੈ, ਲੋਕ ਕਿਹਨਾਂ ਨੂੰ ਵੋਟਾਂ ਪਾਉਣਗੇ, ਕਿਹੋ ਜਿਹੇ ਕੈਂਡੀਡੇਟ ਤੁਸੀਂ ਮੰਨਦੇ ਹੋ, ਕਿ ਹਜੇ ਤੱਕ ਫਿਰੋਜ਼ਪੁਰ ਦੇ ਵਿੱਚ ਕੈਂਡੀਡੇਟ ਦੀ ਘੋਸ਼ਣਾ ਵੀ ਨਹੀਂ ਹੋਈ, ਕਿਹੋ ਜਿਹੇ ਕੈਂਡੀਡੇਟ ਆਉਣੇ ਚਾਹੀਦੇ ਹੈ? ਬੀਜੇਪੀ ਆਹੀ ਕਹਿੰਦੇ ਆਵੇ ਜੀ, ਬੀਜੇਪੀ ਕੁਛ ਨਾ ਕੁਛ ਦੇਗਾ, ਕੋਈ ਸੁਧਾਰ ਕਰੇਗੀ। ਕਾਂਗਰਸ ਨੇ ਸਾਰੀ ਉਮਰ ਕੀਤਾ ਕੀ ਹੈ, ਲੁੱਟਿਆ ਹੀ ਹੈ, ਇਹ ਲੁੱਟਦਾ ਤਾਂ ਨਹੀਂ, ਉਹ ਕਿੰਨਾ ਸੁਧਾਰ ਹੋ ਗਿਆ ਲੋਕਾਂ ਦੇ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਇਲਾਕਾ ਹੈ, ਕਿ ਕਾਫੀ ਜਿਹੜੇ ਸਰਹੱਦ ਦੇ ਨਾਲ ਲੱਗਦੇ ਪਿੰਡ ਨੇ, ਕਿਹੋ ਜਿਹੇ ਲੋਕਾਂ ਦੀ ਡਿਮਾਂਡ ਹੈ, ਕਿਹੋ ਜਿਹੇ ਕੰਮ ਅਜੇ ਪੈਂਡਿੰਗ ਨੇ, ਕਿਹੋ ਕਾਫੀ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ, ਪਰ ਕਿਉਂ ਨਹੀਂ ਹਜੇ ਤੀਕਰ ਫਿਰੋਜ਼ਪੁਰ ਦੀਆਂ ਮੰਗਾਂ ਪੂਰੀਆਂ? ਫਿਰੋਜ਼ਪੁਰ ਦੀ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਜੀ। ਅਸੀਂ ਕਹਿੰਦੇ ਬੀਜੇਪੀ ਆਵੇ ਤਾਂ ਬਾਰਡਰ ਖਿਲਾਵੇ ਅਤੇ ਕਾਰੋਬਾਰ ਸਾਰਿਆਂ ਦਾ ਠੀਕ ਚੱਲਣਗੇ। ਬਿਲਕੁਲ, ਕਿਤੇ ਨਾ ਕਿਤੇ ਜਿਹੜੇ ਵਪਾਰੀ ਨੇ ਉਹ ਨਿਰਾਸ਼ ਨੇ, ਉਹਨਾਂ ਦਾ ਕਹਿਣਾ ਕਿ ਜਿਹੜਾ ਫਿਰੋਜ਼ਪੁਰ ਦਾ ਹੈ ਬਾਰਡਰ ਖੋਲ੍ਹਣਾ ਜ਼ਰੂਰੀ ਹੈ, ਕਿਉਂਕਿ ਜੇ ਬਾਰਡਰ ਖੋਲ੍ਹਿਆ ਜਾਏਗਾ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈ ਵਪਾਰ ਵੀ ਜਿਹੜਾ ਵਧੇਗਾ। ਔਰ ਅਲੱਗ ਅਲੱਗ ਜਿਹੜੇ ਪ੍ਰਤੀਕਰਮ ਹੈ ਲੋਕਾਂ ਦੇ, ਲੋਕ ਸਭਾ ਚੁਣਾਵਾਂ ਸਿਰ 'ਤੇ ਨੇ ਜੀ, ਕਿਵੇਂ ਦੇਖਦੇ ਹੋ, ਕਿਹੋ ਜਿਹੇ ਕੈਂਡੀਡੇਟ ਨੂੰ ਫਿਰੋਜ਼ਪੁਰ ਤੋਂ ਟਿਕਟ ਮਿਲਣੀ ਚਾਹੀਦੀ ਹੈ, ਔਰ ਕਿਹੋ ਜਿਹੇ ਨੂੰ ਵਿਨਰ ਹੋਣਾ ਚਾਹੀਦਾ, ਕਿਹੋ ਜਿਹੇ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ? ਕੈਂਡੀਡੇਟ ਬਸ ਵਧੀਆ ਹੋਣਾ ਚਾਹੀਦਾ, ਜਿਹੜਾ ਲੋਕਾਂ ਦੇ ਸੁਣੇ, ਮਤਲਬ ਕਿ ਲੋਕਾਂ ਵਾਸਤੇ ਸੋਚੇ। ਬਾਕੀ ਹਲੇ ਦੇਖੋ ਜੋ ਪ੍ਰਤੀਕਰਮ ਚੱਲਦਾ ਪਿਆ, ਹਲੇ ਇੰਨਾ ਕੈਂਡੀਡੇਟ ਜਿਹੜੇ ਫਿਰੋਜ਼ਪੁਰ ਲਈ ਕੁਛ ਕੀਤਾ ਹੋਵੇ ਹਲੇ ਇਹੋ ਜਿਹਾ ਕੋਈ ਹੈ ਤਾਂ ਨਹੀਂ, ਬਟ ਹੋਣਾ ਚਾਹੀਦਾ ਕੋਈ ਵਧੀਆ ਕੈਂਡੀਡੇਟ। ਕੀ ਮੰਗਾਂ ਨੇ ਜੀ ਵਪਾਰ, ਕਿਉਂਕਿ ਵਪਾਰ ਹੋਏਗਾ ਅਤੇ ਕਾਰੋਬਾਰ ਹੋਣਗੇ ਅਤੇ ਸਾਰਾ ਕੁਝ ਸਿਸਟਮ ਚੱਲੇਗਾ, ਕਿਹੋ ਜਿਹੀਆਂ ਮੰਗਾਂ ਨੇ ਫਿਰੋਜ਼ਪੁਰ ਨੂੰ, ਕੀ ਲੋੜ ਹੈ ਜੀ ਜ਼ਰੂਰਤ ਹੈ? ਦੇਖੋ ਵਪਾਰ ਅੱਗੇ ਨਾ ਬਹੁਤ ਘੱਟ ਗਿਆ ਫਿਰੋਜ਼ਪੁਰ 'ਚ, ਕਿਉਂਕਿ ਪਿਛੜਿਆ ਹੋਇਆ ਏਰੀਆ, ਬਾਰਡਰ ਏਰੀਆ, ਲੋਕ ਘੱਟ ਆਉਂਦੇ ਨੇ। ਬਸ ਇਹ ਹੈਗਾ ਕਿ ਕੰਮ ਬਹੁਤ ਘੱਟ ਹੈ ਫਿਰੋਜ਼ਪੁਰ ਵਾਲੇ ਏਰੀਏ 'ਚ, ਇਹਦਾ ਲੋਸ ਹੈਗਾ। ਇੱਕ ਤਾਂ ਇੱਧਰ ਆਪਣਾ ਆਸੇ ਪਾਸੇ ਪਿੰਡ ਵੀ ਘੱਟ ਹੋ ਗਿਆ, ਡਿਸਟ੍ਰਿਕਟ ਛੋਟਾ ਹੋ ਗਿਆ ਆਪਣਾ, ਫਿਰੋਜ਼ਪੁਰ ਡਿਸਟ੍ਰਿਕਟ ਅੱਗੇ ਬਹੁਤ ਵੱਡਾ ਹੁੰਦਾ ਸੀਗਾ, ਲੋਕ ਦੂਰੋਂ ਦੂਰੋਂ ਆਉਂਦੇ ਸੀ, ਹੁਣ ਇਹ ਡਿਸਟ੍ਰਿਕਟ ਘੱਟ ਹੋ ਗਿਆ। ਕਿ ਪੁਰਾਣੇ ਕੈਂਡੀਡੇਟ ਜਿਹੜੇ ਰਹੇ ਆ, ਜਿਵੇਂ ਸਾਂਸਦ ਇੱਥੇ ਸੁਖਬੀਰ ਸਿੰਘ ਬਾਦਲ ਰਹੇ ਆ, ਉਹਨਾਂ ਨੂੰ ਤੁਸੀਂ ਦੁਬਾਰਾ ਲਿਆਉਣਾ ਪਸੰਦ ਕਰੋਗੇ ਜਾਂ ਕੋਈ ਨਵਾਂ ਚਿਹਰਾ, ਯੰਗ ਬਲੱਡ, ਜਾਂ ਕਿਹੋ ਜਿਹਾ ਤੁਸੀਂ ਡਿਮਾਂਡ ਕਰਦੇ ਹੋ ਵੀ ਇਹੋ ਜਿਹੇ ਕੈਂਡੀਡੇਟ ਨੂੰ, ਇਹੋ ਜਿਹੇ ਨੂੰ ਉਮੀਦਵਾਰ ਨੂੰ ਅਸੀਂ ਜਿਤਾ ਕੇ ਉੱਪਰ ਭੇਜੀਏ ਜਿਹੜਾ ਫਿਰੋਜ਼ਪੁਰ ਦੀ ਗੱਲ ਰੱਖ ਸਕੇ? ਦੇਖੋ ਆਪਾਂ ਕਿਸੇ ਪਰਸਨਲ ਲੈਵਲ 'ਤੇ ਬੰਦੇ ਦੀ ਗੱਲ ਨਹੀਂ ਕਰਦੇ ਕਿ ਇਹਨੂੰ ਆਉਣਾ ਚਾਹੀਦਾ ਜਾਂ ਇਹਨੂੰ, ਕੈਂਡੀਡੇਟ ਉਹ ਹੋਣਾ ਚਾਹੀਦਾ ਜਿਹੜਾ ਫਿਰੋਜ਼ਪੁਰ ਲਈ ਕੰਮ ਕਰੇ, ਕੋਈ ਇਹ ਨਹੀਂ ਕਿ ਜਿਹੜਾ 5 ਸਾਲ ਮੂੰਹ ਹੀ ਨਾ ਵਿਖਾਵੇ। ਇੱਕ ਵਾਰੀ ਜਿੱਤ ਕੇ ਜਾਂਦੇ ਨੇ, ਉਹ ਤੋਂ ਬਾਅਦ ਕਦੀ ਆਉਂਦੇ ਨਹੀਂ, ਨਾ ਕਦੀ ਲੋਕਾਂ ਦੀ ਮੰਗਾਂ ਸੁਣਦੇ ਨੇ ਨਾ ਕੁਛ। ਬਿਲਕੁਲ, ਫਿਰੋਜ਼ਪੁਰ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਵੀ ਕੈਂਡੀਡੇਟ ਆਵੇ ਉਹ ਲੋਕਾਂ ਦੀ ਆਵਾਜ਼ ਸੁਣੇ ਔਰ ਆਵਾਜ਼ ਨੂੰ ਜਿਹੜਾ ਸੈਂਟਰ ਤੱਕ ਪਹੁੰਚਾਵੇ ਔਰ ਲੋਕਾਂ ਦੇ ਜਿਹੜੇ ਆ ਕੰਮ ਹੋਣੇ ਚਾਹੀਦੇ ਆ, ਕਿਉਂਕਿ ਉਹਨਾਂ ਲੋਕਾਂ ਦਾ ਮੰਨਣਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਜਿਹੜਾ ਵੀ ਉਮੀਦਵਾਰ ਜਿਹੜਾ ਸਾਂਸਦ ਬਣ ਕੇ ਜਾਂਦਾ ਹੈ ਉਹ ਕੰਮ ਨਹੀਂ ਕਰਦਾ, ਔਰ ਕਿਤੇ ਨਾ ਕਿਤੇ ਪਿਛੜਾ ਜਿਹੜਾ ਸ਼ਬਦ ਹੈ ਉਹ ਨਾਲ ਜੁੜਿਆ ਹੈ। ਯੁਵਾਵਾਂ ਨਾਲ ਜ਼ਰੂਰ ਗੱਲ ਕਰਾਂਗੇ, ਲੋਕ ਸਭਾ ਚੁਣਾਵ ਜਿਹੜੇ ਹੈ ਉਹ ਸਿਰ 'ਤੇ ਹੈ, ਕਿਹੋ ਜਿਹਾ ਤੁਹਾਨੂੰ ਕੈਂਡੀਡੇਟ ਲੱਗਦਾ ਆਉਣਾ ਚਾਹੀਦਾ ਜਾਂ ਕਿਹਨੂੰ ਵੋਟ ਪੈਣੀ ਚਾਹੀਦੀ ਹੈ, ਕੋਈ ਕਿਹੜੀ ਪਾਰਟੀ ਜਿਹੜੀ ਹੈ ਇਸ ਵਾਰੀ ਮਜ਼ਬੂਤ ਸਾਹਮਣੇ ਨਜ਼ਰ ਆ ਰਹੀ ਹੈ?
ਭਾਅ ਜੀ ਕੋਈ ਪਾਰਟੀਆਂ ਨਹੀਂ ਹੈਗੀਆਂ ਮਜ਼ਬੂਤ, ਜਿਹੜਾ ਵੀ ਚਾਹੀਦਾ ਬਸ ਮੋਦੀ ਸਾਹਿਬ ਕੰਮ ਕਰ ਰਹੇ, ਆਮ ਆਦਮੀ ਪਾਰਟੀ ਇੱਥੇ ਕੁਛ ਨਹੀਂ ਕਰ ਰਹੀ। ਨੋਰਮਲ ਇੱਥੇ ਕੀਤਾ ਕੀ ਫਿਰੋਜ਼ਪੁਰ 'ਚ ਚੱਕਰ ਇਹਨਾਂ ਨੇ, ਭਗਵੰਤ ਮਾਨ ਇਹ ਵੋ, ਸਿਰਫ ਇੱਥੇ ਬੀਜੇਪੀ ਸਰਕਾਰ ਆਵੇ ਸਭ ਤੋਂ ਬੈਸਟ ਹੈ। ਹਾਂ ਬਿਲਕੁਲ, ਕਿਤੇ ਨਾ ਕਿਤੇ ਲੋਕ ਜਿਹੜੇ ਹੈ ਹੁਣ ਉਹ ਨਾਰਾਜ਼ ਨਜ਼ਰ ਆ ਰਹੇ ਆ, ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਮੌਜੂਦਾ ਸਰਕਾਰਾਂ ਨੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ, ਇਸ ਕਰਕੇ ਜਿਹੜਾ ਨਵੇਂ ਜਿਹੜੇ ਹੈ ਚਿਹਰੇ ਸਾਹਮਣੇ ਆਉਣ ਔਰ ਉਹੀ ਨੌਜਵਾਨ ਉਮੀਦਵਾਰ ਸਾਹਮਣੇ ਆਉਣ ਜਿਹੜੇ ਫਿਰੋਜ਼ਪੁਰ ਦੀ ਡਿਵੈਲਪਮੈਂਟ ਕਰਾ ਸਕਦੇ ਨੇ। ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨਿਰਾਸ਼ਾ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ ਇੱਥੇ ਉਮੀਦਵਾਰ ਜਿਹੜੇ ਹੈ ਉਹ ਚੁਣਾਵ ਲੜਨ ਆਉਂਦੇ ਆ ਔਰ ਜਿੱਤਣ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਦੁਬਾਰਾ ਆਉਂਦੇ ਨਹੀਂ, ਔਰ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਚੁਣਾਵਾਂ ਦੇ ਵੇਲੇ ਪਰ ਵਾਅਦੇ ਉੱਥੇ ਦੇ ਉੱਥੇ ਰਹਿ ਜਾਂਦੇ ਆ। ਤੁਹਾਡੇ ਕੋਲ ਪੁੱਛਾਂਗੇ ਜੀ, ਲੋਕ ਸਭਾ ਚੁਣਾਵ ਸਿਰ 'ਤੇ ਹੈ ਜੀ, ਕਿਹੋ ਜੀ ਲੱਗਦਾ ਤੁਹਾਨੂੰ ਕੈਂਡੀਡੇਟ ਇੱਥੇ ਆਉਣਾ ਚਾਹੀਦਾ, ਕਿਉਂਕਿ ਹਜੇ ਕੈਂਡੀਡੇਟ ਵੀ ਨਹੀਂ ਅਨਾਊਂਸਮੈਂਟ ਹੋਈ, ਔਰ ਕਿਹੜੀ ਪਾਰਟੀ ਦਾ ਦਬਦਬਾ ਜ਼ਿਆਦਾ ਲੱਗ ਰਿਹਾ, ਕਿੰਨੇ ਵਿਕਾਸ ਜ਼ਿਆਦਾ ਕਰਾਇਆ? ਕਾਂਗਰਸ ਦਾ ਹੀ, ਕਾਂਗਰਸ ਆ ਸਕਦੀ ਇੱਥੇ, ਬਾਕੀ ਭੁੱਲਰ ਕੋਈ ਨਹੀਂ ਆਇਆ ਇੱਥੇ, ਇੱਥੇ ਗੇੜਾ ਵੀ ਨਹੀਂ ਮਾਰਿਆ ਆਣ ਕੇ, ਕਾਂਗਰਸ ਆ ਸਕਦੀ। ਫਿਰੋਜ਼ਪੁਰ ਦੀਆਂ ਕੀ ਮੰਗਾਂ ਨੇ, ਕੀ ਕੰਮ ਅਜੇ ਹੋਣੇ ਵਾਲੀ? ਸਵਾਦਨ ਜਿਵੇਂ ਗਲੀਆਂ ਮਹੱਲੇ ਸਵਾਦਨ, ਲੋਕਾਂ ਕੰਮ ਸਵਾਦਨ, ਚੋਰੀਆਂ ਠੱਗੀਆਂ ਹੋਈ ਜਾਂਦੀਆਂ, ਲੁੱਟਾਂ ਵਾਲਾ ਹੋਈ ਜਾਂਦੀਆਂ, ਉਹ ਕੋਈ ਕਹਿ ਨਹੀਂ ਕਰਦਾ, ਨਾ ਪੁਲਿਸ ਨੇ ਕੋਈ ਕਰਦੇ ਤਾਂ ਕੋਈ ਕਰਦੇ ਜੀ। ਬਿਲਕੁਲ, ਲੋਕ ਕਿਤੇ ਨਾ ਕਿਤੇ ਚਾਹੁੰਦੇ ਆ ਕਿ ਫਿਰੋਜ਼ਪੁਰ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਹੈ ਸਥਿਤੀ ਜਿਹੜੀ ਹੈ ਉਹ ਸੁਧਰਨੀ ਚਾਹੀਦੀ ਹੈ, ਔਰ ਰਲਿਆ ਮਿਲਿਆ ਕਿਤੇ ਨਾ ਕਿਤੇ ਪ੍ਰਤੀਕਰਮ ਹੈ ਲੋਕਾਂ ਦਾ। ਕੋਈ ਲੋਕ ਕਿਸੇ ਪਾਰਟੀ ਦੀ ਜਿਹੜਾ ਉਸਨੂੰ ਥੱਪ ਥਪਾ ਰਹੇ ਆ, ਉਹਦੀ ਪਿੱਠ ਥਪਾ ਰਹੇ ਆ, ਕਿਸੇ ਦੂਸਰੇ ਨੇਤਾਵਾਂ ਨੂੰ ਕੀਤਾ ਜਾ ਰਿਹਾ, ਪਰ ਲੋਕਾਂ ਦੀ ਇੱਕੋ ਇੱਕ ਮੰਗ ਹੈ ਕਿਉਂਕਿ ਹਜੇ ਕਿਸੇ ਵੀ ਪਾਰਟੀ ਵੱਲੋਂ ਆਪਦਾ ਉਮੀਦਵਾਰ ਫਿਰੋਜ਼ਪੁਰ ਦੇ ਵਿੱਚ ਲੋਕ ਸਭਾ ਚੁਣਾਵਾਂ ਦੇ ਵਿੱਚ ਨਹੀਂ ਉਤਾਰਿਆ ਗਿਆ, ਔਰ ਲੋਕਾਂ ਦੀ ਇੱਕੋ ਇੱਕ ਮੰਗ ਹੈ ਕਿ ਇਸ ਵਾਰ ਚੰਗੇ ਚਿਹਰੇ ਜਿਹੜੇ ਆ, ਚੰਗੇ ਉਮੀਦਵਾਰ ਜਿਹੜੇ ਆ ਉਹ ਪਾਰਟੀਆਂ ਵੱਲੋਂ ਫਿਰੋਜ਼ਪੁਰ ਸੀਟ 'ਤੇ ਉਤਾਰੇ ਜਾਣੇ ਚਾਹੀਦੇ ਆ, ਤਾਂ ਕਿ ਲੋਕਾਂ ਦੀ ਜਿਹੜੀ ਹੈ ਸੁਣਵਾਈ ਹੋ ਸਕੇ, ਲੋਕਾਂ ਦਾ ਕੰਮ ਹੋ ਸਕੇ, ਔਰ ਲੋਕ ਜਿਹੜੇ ਹੈ ਖੁਸ਼ਹਾਲ ਰਹਿ ਸਕਣ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ, ਨਿਊਜ਼ 18 ਪੰਜਾਬ।